2 ਸਾਲ ਦਾ ਕੋਰਸ ਕਰਨ ਤੋਂ ਬਾਅਦ ਇਮੀਡੀਏਟ ਨੌਕਰੀ ਮਿਲ ਜਾਂਦੀ ਹੈ। ਜੋਬ ਐਵੀਨਿਊ ਬਹੁਤ ਨੇ, ਆਪਣੀ ਆਮਦਨ ਦਾ ਬਹੁਤ ਵਧੀਆ ਇਹ ਸਾਧਨ। ਇਹ ਬਰੋਡ ਫੀਲਡ ਹੈ, ਆਰਟੀਫਿਸ਼ਲ ਇਨਸੈਮੀਨੇਸ਼ਨ ਵੀ ਇਹਦੇ ਵਿੱਚ ਕਵਰ ਹੁੰਦੀ ਹੈ, ਪ੍ਰੈਗਨੈਂਸੀ ਡਾਇਗਨੋਸਿਸ ਅਤੇ ਟ੍ਰੀਟਮੈਂਟ ਕਰਨਾ ਅੰਡਰ ਦੀ ਸੁਪਰਵਿਜ਼ਨ ਆਫ ਏ ਵੈਟਨਰੀ ਆਫਿਸਰ, ਸਾਰਾ ਇਹ ਕਵਰ ਹੁੰਦਾ। ਇਮੀਡੀਏਟਲੀ ਕੋਰਸ ਕਰਨ ਤੋਂ ਬਾਅਦ ਜਿਹੜੇ ਬੱਚੇ ਨੇ ਇਹ ਆਪਣੇ ਵੈਟਨਰੀ ਆਫਿਸਰ ਦੀ ਸੁਪਰਵਿਜ਼ਨ ਦੇ ਨੀਚੇ ਕੰਮ ਕਰ ਸਕਦੇ ਨੇ, ਆਪਣਾ ਰੋਜ਼ੀ ਰੋਟੀ ਕਮਾ ਸਕਦੇ ਨੇ। ਮਤਲਬ ਆਰਟੀਫਿਸ਼ਲ ਇਨਸੈਮੀਨੇਸ਼ਨ ਲਈ ਕਿਹੜੇ ਕਿਹੜੇ ਆਪਾਂ ਪ੍ਰੋਸੀਜਰ ਫੋਲੋ ਕਰਨੇ ਤਾਂ ਕਿ ਆਪਣੀ ਜਿਹੜੀ ਕੰਸੈਪਸ਼ਨ ਰੇਟ ਹੈ ਉਹ ਵਧੀਆ ਆਵੇ, ਤਾਂ ਕਿ ਜਦੋਂ ਤੁਸੀਂ ਆਪਾਂ ਫੀਲਡ 'ਚ ਜਾਣਾ ਤਾਂ ਆਪਾਂ ਏ ਆਈ ਕਰਨੀ ਹੈ ਨਾ, ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਫੋਲੋ ਕਰੀਏ। ਅਤੇ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਾਂ, ਬੱਕਰੀਆਂ ਦੀ ਟ੍ਰੇਨਿੰਗ ਕਰਾਉਂਦੇ ਹਾਂ ਅਤੇ ਗਊਆਂ ਦੇ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਕਰਾਉਂਦੇ ਹਾਂ। ਜੇਕਰ ਤੁਸੀਂ ਖੇਤੀ ਸਹਾਇਕ ਕਿੱਤੇ ਨਾਲ ਜੁੜੀ ਅਜਿਹੀ ਕੋਈ ਪੜ੍ਹਾਈ ਕਰਨਾ ਚਾਹੁੰਦੇ ਹੋ ਜਿਸ ਨਾਲ ਤੁਹਾਡਾ ਅਤੇ ਤੁਹਾਡੇ ਬੱਚੇ ਦਾ ਕਰੀਅਰ ਬਣ ਸਕੇ ਤਾਂ ਤੁਸੀਂ ਵੈਟਨਰੀ ਇੰਸਪੈਕਟਰ ਦਾ ਡਿਪਲੋਮਾ ਕਰ ਸਕਦੇ ਹੋ। ਮੈਂ ਡਾਕਟਰ ਬਿਮਲ ਸ਼ਰਮਾ, ਪ੍ਰਿੰਸੀਪਲ ਕਮ ਜੁਆਇੰਟ ਡਾਇਰੈਕਟਰ, ਵੈਟਨਰੀ ਪੋਲੀਟੈਕਨਿਕ ਐਂਡ ਰੀਜਨਲ ਟ੍ਰੇਨਿੰਗ ਸੈਂਟਰ ਕਾਲਚਰਾਣੀ ਬਠਿੰਡਾ ਤੋਂ ਬੋਲ ਰਿਹਾ। ਜਿਸ ਲੋਕੇਸ਼ਨ 'ਤੇ ਆਪਾਂ ਖੜ੍ਹੇ ਹਾਂ ਇਹ ਸਾਡਾ ਵੈਟਨਰੀ ਕਾਲਜ ਹੈ ਜੀ। ਇੱਥੇ ਅਸੀਂ 2 ਸਾਲ ਦਾ ਕੋਰਸ ਕਰਾਉਂਦੇ ਹਾਂ, ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ। ਇਸ ਦੀ ਐਲੀਜੀਬਿਲਟੀ ਜਿਹੜੀ ਹੈਗੀ ਇਹ 10+2 ਤੋਂ ਵਿਦ ਮੈਡੀਕਲ, ਜੋਲੋਜੀ, ਬੋਟਨੀ, ਘੱਟੋ ਘੱਟ 50% ਨੰਬਰ ਚਾਹੀਦੇ ਨੇ ਇੱਥੇ ਐਡਮਿਸ਼ਨ ਲੈਣ ਵਾਸਤੇ। ਇਹ 2 ਸਾਲ ਦਾ ਕਿੱਤਾ ਮੁਖੀ ਕੋਰਸ ਹੈ। ਇਸ ਦੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਇਮੀਡੀਏਟ ਨੌਕਰੀ ਮਿਲ ਜਾਂਦੀ ਹੈ, ਜੋਬ ਐਵੀਨਿਊ ਬਹੁਤ ਨੇ, ਆਪਣੇ ਗੌਰਮੈਂਟ ਦੇ ਹੋਸਪਿਟਲ ਨੇ, ਸਿਵਲ ਵੈਟਨਰੀ ਡਿਸਪੈਂਸਰੀ ਨੇ, ਸਿਵਲ ਵੈਟਨਰੀ ਹੋਸਪਿਟਲ ਨੇ ਅਤੇ ਮਿਲਕ ਫੈਡ ਦੇ ਅਦਾਰੇ ਨੇ। ਸਪੋਜ਼ ਕਰ ਲਓ ਕਿਸੇ ਨੂੰ ਕੋਈ 1-2 ਸਾਲ ਨੌਕਰੀ ਵੀ ਨਹੀਂ ਮਿਲਦੀ, ਤਾਂ ਇਮੀਡੀਏਟਲੀ ਕੋਰਸ ਕਰਨ ਤੋਂ ਬਾਅਦ ਜਿਹੜੇ ਬੱਚੇ ਨੇ ਇਹ ਆਪਣੇ ਵੈਟਨਰੀ ਆਫਿਸਰ ਦੀ ਸੁਪਰਵਿਜ਼ਨ ਦੇ ਨੀਚੇ ਕੰਮ ਕਰ ਸਕਦੇ ਨੇ, ਆਪਣਾ ਰੋਜ਼ੀ ਰੋਟੀ ਕਮਾ ਸਕਦੇ ਨੇ, ਆਪਣੀ ਆਮਦਨ ਦਾ ਬਹੁਤ ਵਧੀਆ ਇਹ ਸਾਧਨ। ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਕਾਲਚਰਾਣੀ ਵੈਟਨਰੀ ਪੋਲੀਟੈਕਨਿਕ ਕਾਲਜ ਵਿੱਚ ਹਰ ਸਾਲ 92 ਸੀਟਾਂ ਉਪਲਬਧ ਹੁੰਦੀਆਂ ਹਨ। ਪ੍ਰੋਸਪੈਕਟ ਵੀ ਔਨਲਾਈਨ ਆ, ਬੱਚੇ ਔਨਲਾਈਨ ਅਪਲਾਈ ਕਰਦੇ ਨੇ, ਫਿਰ ਉਹਦੀ ਕੌਂਸਲਿੰਗ ਹੁੰਦੀ ਹੈ, ਫਸਟ ਕੌਂਸਲਿੰਗ, ਸੈਕਿੰਡ ਕੌਂਸਲਿੰਗ, ਡਿਪੈਂਡਿੰਗ ਪਾਉਣ ਜੇ ਸੀਟ ਖਾਲੀ ਰਹਿ ਜਾਂਦੀ ਆ ਫਿਰ ਅਸੀਂ ਮਾਪ ਅਪ ਕੌਂਸਲਿੰਗ ਵੀ ਕਰਦੇ ਹਾਂ। ਉਸ ਤੋਂ ਜੇ ਹੁਣ ਤੁਸੀਂ ਫੀਸ ਦੀ ਗੱਲ ਕਰਦੇ ਹੋ, ਜਿਹਨਾਂ ਬੱਚਿਆਂ ਨੇ ਸਾਡੇ ਕੋਲ ਹੋਸਟਲ ਦੀ ਫੈਸਿਲਿਟੀ ਹੈ, ਮੈਸ ਦੀ ਫੈਸਿਲਿਟੀ ਹੈ, ਅਪਰੋਕਸੀਮੇਟਲੀ ਉਹਨਾਂ ਦਾ 60 ਤੋਂ 65,000 6 ਮਹੀਨੇ ਦਾ ਖਰਚ ਹੈ। ਤੋ ਜੇ ਆਪਾਂ ਮੋਟੇ ਜਿਹੇ ਤੌਰ 'ਤੇ ਲਈਏ 2 ਲੱਖ ਰੁਪਇਆ ਲੱਗਦਾ ਇਹ 2 ਸਾਲ ਦਾ ਕੋਰਸ ਕਰਨ ਨੂੰ, ਕਿਉਂਕਿ ਡਿਵਾਈਡ ਕੀਤਾ ਹੋਇਆ 4 ਸਮੈਸਟਰ ਦੇ ਵਿੱਚ। ਇਹ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਬਰੋਡ ਫੀਲਡ ਹੈ, ਆਰਟੀਫਿਸ਼ਲ ਇਨਸੈਮੀਨੇਸ਼ਨ ਵੀ ਇਹਦੇ ਵਿੱਚ ਕਵਰ ਹੁੰਦੀ ਹੈ, ਪ੍ਰੈਗਨੈਂਸੀ ਡਾਇਗਨੋਸਿਸ ਸਾਰਾ ਇਹ ਕਵਰ ਹੁੰਦਾ। ਇਹ ਸੁਪਰਫੀਸ਼ੀਅਲ ਹੈ, ਸਾਰੇ ਕੋਰਸ ਕਰਾਉਂਦੇ ਹਾਂ ਜਿਹੜੇ ਅਸੀਂ ਡਿਗਰੀ 'ਚ ਕਰਾਉਂਦੇ ਹਾਂ, ਡਿਪਲੋਮੇ 'ਚ ਸਾਰੇ ਕੋਰਸ ਕਰਵਾਉਂਦੇ ਹਾਂ। ਪੜ੍ਹਾਈ ਦੇ ਨਾਲ ਨਾਲ ਇਹ ਅਜਿਹਾ ਖੇਤਰੀ ਖੋਜ ਕੇਂਦਰ ਵੀ ਹੈ ਜਿੱਥੇ ਸਾਹੀਵਾਲ ਗਾਵਾਂ ਦਾ ਫਾਰਮ, ਬੱਕਰੀ ਫਾਰਮ ਅਤੇ ਪਸ਼ੂ ਪਾਲਣ ਲਈ ਮਿਨਰਲ ਮਿਕਸਚਰ ਉਪਲਬਧ ਹੁੰਦਾ ਹੈ। ਇਹਨੂੰ ਕਹਿੰਦੇ ਨੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਚਰਾਣੀ। ਇਹ ਮੈਂ ਤੁਹਾਨੂੰ ਦੱਸਦਾ, ਇਹ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਦਾ ਇੱਕੋ ਇੱਕ ਸਾਹੀਵਾਲ ਸਰਕਾਰੀ ਫਾਰਮ ਹੈ ਜਿੱਥੇ ਅਸੀਂ ਸਾਹੀਵਾਲ ਗਊਆਂ ਦੀ ਬਰੀਡ ਨੂੰ ਇੰਪਰੂਵ ਕਰ ਰਹੇ ਹਾਂ। ਅਸੀਂ ਇਹਨਾਂ ਦੇ ਵਧੀਆ ਜਰਮ ਪਲਾਜ਼ਮ ਲਿਆ ਕੇ ਕਰਨਾਲ ਤੋਂ ਟੀਕੇ ਮੰਗਾ ਕੇ ਇਹਨਾਂ ਦੀ ਇਨਸੈਮੀਨੇਸ਼ਨ ਕਰਦੇ ਹਾਂ ਅਤੇ ਇਹਨਾਂ ਦੇ ਬੱਚੇ ਬੱਚੀਆਂ ਉਰੇ ਪਾਲਦੇ ਹਾਂ। ਇੱਥੇ ਅਸੀਂ ਤਰ੍ਹਾਂ ਤਰ੍ਹਾਂ ਦੇ ਸ਼ੈੱਡ ਬਣਾਏ ਨੇ, ਇੱਕ ਸਾਡੇ ਕੋਲ 1 ਨੰਬਰ 'ਤੇ ਮਿਲਕਿੰਗ ਸ਼ੈੱਡ ਆ ਜਾਂਦਾ ਹੈ। ਮਿਲਕਿੰਗ ਸ਼ੈੱਡ ਦੇ ਵਿੱਚ ਵੀ ਅਸੀਂ ਡਿਫਰੈਂਟ ਪਾਰਟੀਸ਼ਨ ਕੀਤੀ ਹੋਈ ਹੈ, ਉਹਨਾਂ ਦੇ ਅਸੀਂ ਬੋਰਡ ਲਗਾਏ ਹੋਏ ਨੇ ਬਕਾਇਦਾ, ਤੁਸੀਂ ਦੇਖੋਗੇ ਅਤੇ ਇਕੱਲੇ ਦਾ ਦੁੱਧ ਲਿਖ ਕੇ ਇਸਨੂੰ ਇੰਨਾ ਗ੍ਰੀਨ ਫਾਊਡਰ ਚਾਹੀਦਾ, ਇੰਨਾ ਸੁੱਕਾ ਚਾਰਾ ਚਾਹੀਦਾ, ਇੰਨਾ ਮਿਨਰਲ ਮਿਕਸਚਰ, ਇੰਨਾ ਕੰਸਨਟ੍ਰੇਟ। ਹੁਣ ਸ਼ੈੱਡ ਨੰਬਰ 2 'ਤੇ ਆ ਗਏ ਅਸੀਂ ਸਾਹੀਵਾਲ ਗਊਆਂ ਦੇ, ਜਿਹੜੀਆਂ ਪ੍ਰੈਗਨੈਂਟ ਨੇ, ਐਡਵਾਂਸ ਪ੍ਰੈਗਨੈਂਸੀ ਜਾਂ ਜਿਹੜੀਆਂ ਹੀਟ ਚਾਉਣ ਵਾਲੀਆਂ ਹੀਫਰ ਨੇ ਜਾਂ ਜਿਨ੍ਹਾਂ ਦੀਆਂ 4-5 ਮਹੀਨੇ ਦੀਆਂ ਪ੍ਰੈਗਨੈਂਟ ਨੇ, ਉਹ ਗਊਆਂ ਨੇ। ਟੋਟਲ ਜਿਹੜੀ ਸਟਰੈਂਥ ਹੈ ਇਹ ਅਰਾਊਂਡ ਅਬਾਊਟ 260 ਦੇ
ਕਰੀਬ ਆ ਸਾਡੀ ਸਾਹੀਵਾਲ ਸਾਰੀਆਂ ਗਊਆਂ ਦੀ ਬੱਚੇ ਬੱਚੀਆਂ ਦੀ। ਤੀਜਾ ਨੰਬਰ ਸ਼ੈੱਡ ਇੱਥੇ ਆਪਾਂ ਖੜ੍ਹੇ ਹਾਂ, ਇਹ ਸਾਡੇ ਹੈਗੇ ਰਿਸਰਚ ਐਨੀਮਲ। ਇੱਥੇ ਜਿੰਨੇ ਵੀ ਸਾਡੇ ਗੁਰੂ ਅੰਗਦ ਦੇ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣੇ ਦੇ ਮਾਹਰ ਨੇ, ਉਹ ਆ ਕੇ ਇਹਨਾਂ ਗਊਆਂ 'ਤੇ ਰਿਸਰਚ ਕਰਦੇ ਨੇ। ਜਿਵੇਂ ਐਮਬਰੀਓ ਟ੍ਰਾਂਸਪਲਾਂਟ ਹੋ ਗਿਆ, ਜਿਹਨੂੰ ਕਹਿੰਦੇ ਨੇ ਬੱਚਾਦਾਨੀ 'ਚ ਬੱਚਾ ਰੱਖ ਦਿੰਦੇ ਨੇ, ਜਾਂ ਜਿਵੇਂ ਮਸਟਾਈਟਿਸ ਬਿਮਾਰੀ ਹੈ, ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ, ਇਹਨਾਂ ਦੇ ਸੈਂਪਲ ਲੈ ਕੇ ਜਾਂਦੇ ਨੇ, ਬਲੱਡ ਸੈਂਪਲ ਟੈਸਟ ਕਰਦੇ ਨੇ। ਖੇਤਰੀ ਖੋਜ ਸਿਖਲਾਈ ਕੇਂਦਰ ਦੀ ਇਹ ਬ੍ਰਾਂਚ ਹੈ ਬੀਟਲ ਬੱਕਰੀਆਂ ਦਾ ਫਾਰਮ, ਜਿੱਥੇ ਅਸੀਂ ਬੀਟਲ ਨਸਲ ਦੀਆਂ ਬੱਕਰੀਆਂ ਰੀਅਰ ਕਰਦੇ ਹਾਂ, ਕਿਉਂਕਿ ਜਿਹੜੀ ਬੀਟਲ ਨਸਲ ਦੀ ਬੱਕਰੀ ਹੈ ਇਹ ਡਿਊਲ ਪਰਪਸ ਦਾ, ਦੋਨੇ ਪਰਪਸ, ਮੀਟ ਵਾਸਤੇ ਵੀ ਆ ਜਾਂਦੀ ਹੈ ਅਤੇ ਮਿਲਕ ਵਾਸਤੇ ਵੀ। ਇਹ ਫਾਰਮ 'ਤੇ ਅਸੀਂ ਜਿਹੜੇ ਸਾਡੇ ਬੱਚੇ 2 ਸਾਲ ਦਾ, ਤੁਹਾਨੂੰ ਜਿਵੇਂ ਮੈਂ ਪਹਿਲਾਂ ਸਿੱਖ ਕੋਰਸ ਕਰਵਾਉਂਦੇ ਹਾਂ, ਉਹਨਾਂ ਨੂੰ ਅਸੀਂ ਫਾਰਮ 'ਤੇ ਲਿਆ ਕੇ ਟ੍ਰੇਨਿੰਗ ਦਿੰਦੇ ਹਾਂ ਬੱਕਰੀਆਂ ਦੀ। ਉਸ ਤੋਂ ਇਲਾਵਾ ਫਾਰਮਰਸ ਨੂੰ, ਲੇਡੀਜ਼ ਨੂੰ ਕੋਰਸ ਕਰਵਾਉਂਦੇ ਹਾਂ ਬੱਕਰੀਆਂ ਦਾ, 5 ਦਿਨ ਦਾ ਕੋਰਸ ਹੈ। ਉਹ ਜਿਹੜੇ ਜੈਂਟਸ ਨੇ, ਮੇਲ ਨੇ, ਉਹਨਾਂ ਵਾਸਤੇ ਇਹ ਹੈਗੀ 1000 ਰੁਪਈਆ ਫੀਸ, ਲੇਡੀਜ਼ ਵਾਸਤੇ ਫਰੀ। ਇਸ ਤਰ੍ਹਾਂ ਹੀ ਅਸੀਂ ਗਊਆਂ ਦਾ ਕਰਾਉਂਦੇ ਹਾਂ ਕੋਰਸ, ਡੇਅਰੀ ਫਾਰਮਿੰਗ ਦਾ, ਉਹ 2 ਹਫ਼ਤੇ ਦਾ ਕੋਰਸ ਆ, ਉਹਦੀ 1500 ਰੁਪਈਆ ਫੀਸ ਹੈ ਜੈਂਟਸ ਵਾਸਤੇ ਅਤੇ ਲੇਡੀਜ਼ ਵਾਸਤੇ ਫਰੀ। ਤੁਸੀਂ ਜੀ ਹੁਣ ਦੇਖਿਆ ਜਿਹੜੀਆਂ ਫਾਰਮ 'ਤੇ ਆਪਾਂ ਆਏ ਹਾਂ, ਵਿਜ਼ਿਟ ਕੀਤਾ, ਸਾਰੀਆਂ ਐਕਟੀਵਿਟੀਜ਼ ਫਾਰਮ 'ਤੇ ਦੇਖੀਆਂ ਨੇ। ਇਸ ਤੋਂ ਇਲਾਵਾ ਵੀ ਮੈਂ ਸਾਡੇ ਕਿਸਾਨ ਵੀਰਾਂ ਨਾਲ, ਪਸ਼ੂ ਪਾਲਕਾਂ ਨਾਲ ਥੋੜ੍ਹੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਜਿਹੜਾ ਸਾਡਾ ਇਹ ਕਾਲ ਝਰਾਣੀ ਸੈਂਟਰ ਹੈ, ਜਿੰਨੇ ਵੀ ਗੁਰੂ ਅੰਗਦ ਦੇ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪ੍ਰੋਡਕਟ ਨੇ ਫਾਰਮਰਸ ਵਾਸਤੇ ਬਣੇ ਹੋਏ, ਉਹ ਸਾਡੇ ਕੋਲ ਉਰੇ ਉਪਲਬਧ ਨੇ। ਕਿਉਂਕਿ ਕਈ ਵਾਰੀ ਜਿਹੜੇ ਜ਼ਿਮੀਂਦਾਰ ਨੇ, ਕਿਸਾਨ ਵੀਰ ਨੇ, ਉਹ ਲੁਧਿਆਣੇ ਨਹੀਂ ਜਾ ਸਕਦੇ, ਉਹਨਾਂ ਨੂੰ ਬਹੁਤ ਦੂਰ ਪੈ ਜਾਂਦਾ। ਹੁਣ ਜਿਵੇਂ ਯੂਨੀਵਰਸਿਟੀ ਦੇ ਧਾਤਾਂ ਦਾ ਚੂਰਾ ਬਣਦਾ, ਜਿਸ ਨੂੰ ਮਿਨਰਲ ਮਿਕਸਚਰ ਕਹਿੰਦੇ ਆ, ਉਹ ਸਾਡੇ ਕੋਲ ਉਸੇ ਰੇਟ 'ਤੇ ਅਵੇਲੇਬਲ ਹੈ। ਯੂਰੋਮਿਨ ਲਿਕ ਹੈ, ਬਾਈਪਾਸ ਫੈਟ ਹੈ, ਜਾਂ ਮਸਟਾਈਟਸ ਦੀ ਬਿਮਾਰੀ ਨੂੰ ਚੈੱਕ ਕਰਨ ਵਾਸਤੇ ਅਸੀਂ BTB ਪੇਪਰ ਆ ਉਹ ਦੇਖਦੇ ਹਾਂ, ਜਾਂ ਕਈ ਪਸ਼ੂ ਲੋਹਾ ਖਾ ਜਾਂਦੇ ਨੇ ਪੱਠਿਆਂ 'ਚ, ਉਹ 'ਚ ਅਸੀਂ ਇੱਕ ਮੈਟਲ ਹੈ ਉਹ ਅਸੀਂ ਫਾਰਮਰਸ ਨੂੰ ਦਿੰਦੇ ਹਾਂ, ਉਹ ਪਤਾ ਲੱਗ ਜਾਂਦਾ ਵੀ ਉਹ ਜੇ ਕਿਸੇ ਨੇ ਲੋਹਾ ਖਾਧਾ ਉਹ ਉੱਥੇ ਜਮ੍ਹਾਂ ਹੋ ਜਾਂਦਾ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀਆਂ ਫਾਰਮਰਸ ਦੇ ਮੇਨ ਚੀਜ਼ ਹੈ ਗਿਆਨ 'ਚ ਵਾਧਾ ਕਰਨ ਲਈ, ਜੋ ਜਿਵੇਂ ਸਾਡਾ ਰਸਾਲਾ ਵਿਗਿਆਨਿਕ ਪਸ਼ੂ ਪਾਲਣ, ਜਾਂ ਸਾਡੇ ਕੋਲ ਬੱਕਰੀ ਪਾਲਣ, ਸੂਰ ਪਾਲਣ, ਮੁਰਗੀ ਪਾਲਣ ਦੀਆਂ ਕਿਤਾਬਾਂ ਨੇ, ਉਹ ਵੀ ਸਾਡੇ ਕੋਲ ਸਾਰੀਆਂ ਇੱਥੇ ਅਵੇਲੇਬਲ ਨੇ, ਉਹ ਸਾਡੇ ਕੋਲ ਫਾਰਮਰਸ ਕਿਸੇ ਵੇਲੇ ਵੀ ਆ ਕੇ ਲੈ ਸਕਦੇ ਨੇ। ਅਤੇ ਜੇ ਹੋਰ ਕਿਸਾਨ ਵੀਰ ਨੇ, ਭੈਣ ਭਰਾ ਨੇ ਮੇਰੀ ਜਾਣਕਾਰੀ ਲੈਣੀ ਹੈ, ਇਹ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ, ਸੈਂਟਰ ਬਠਿੰਡੇ ਤੋਂ 30 ਕਿਲੋਮੀਟਰ ਹੈ, ਜਿਹੜੀ ਬਠਿੰਡਾ ਤੋਂ ਲੰਬੀ ਰੋਡ ਹੈ ਬਾਦਲ ਪਿੰਡ ਨੂੰ ਜਾਂਦੀ ਹੈ, ਬਾਦਲ ਪਿੰਡ ਤੋਂ 2 ਕਿਲੋਮੀਟਰ ਪਹਿਲਾਂ ਲੈਫਟ ਸਾਈਡ 'ਤੇ ਸਥਿਤ ਹੈ, ਉੱਥੇ ਸਾਡਾ ਫਾਰਮ ਹੈ, ਉੱਥੇ ਕਾਲਜ ਹੈ, ਉੱਥੇ ਸਾਨੂੰ ਵਿਜ਼ਿਟ ਕਰ ਸਕਦੇ ਹੋ। ਨਹੀਂ, ਮੇਰਾ ਨੰਬਰ ਹੈ 9876074622। ਫਿਰ ਦੱਸ ਦੇਣਾ ਮੈਂ ਇੱਕ ਵਾਰੀ, 9876074622। ਕਿਸੇ ਵੇਲੇ ਵੀ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ, ਸਾਡੇ ਦੁਆਰ ਤੁਹਾਡੇ ਵਾਸਤੇ 24 ਘੰਟੇ ਖੁੱਲ੍ਹੇ ਨੇ, ਕਿਸੇ ਵੇਲੇ ਵੀ ਸਾਨੂੰ ਕਰ ਸਕਦੇ ਹੋ। ਐਂਡ ਦੇ ਵਿੱਚ ਮੈਂ ਸਾਡੀ ਜਿਹੜੀ ਆਪਣੀ ਖੇਤੀ ਦੀ ਟੀਮ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਹੜੇ ਸਾਡੇ ਕੋਲ ਆਏ ਨੇ, ਸਾਨੂੰ ਕਿਸਾਨ ਵੀਰਾਂ, ਪਸ਼ੂ ਪਾਲਕਾਂ ਦੇ ਰੂਬਰੂ ਰੁਕਾਇਆ। ਧੰਨਵਾਦ, ਥੈਂਕ ਯੂ।